ਇੱਕ ਘਰ ਦੇ ਨਾਲ 4-5 ਪਰਿਵਾਰ ਦੇ ਬੰਦੇ ਸੀਗੇ ਤੇ ਉਹਨਾਂ ਦਾ ਬੜਾ ਪਿਆਰ ਸੀ ਤਿਫਾਕ ਸੀ ਚਲੋ ਜਿੰਨੇ ਜੋਗੇ ਸੀਗੇ ਬੰਦੇ ਨਾਲ ਮਿਲ ਕੇ ਰੋਟੀ ਖਾਂਦੇ ਸੀ ਵਧੀਆ ਘਰ-ਬਾਰ ਬਣਾ ਕੇ ਬੈਠੇ ਸੀ ਤੇ ਜਿਹੜੀ ਹੋਣੀ ਸੀ ਨਾ ਉਹ ਸਾਰੇ ਪਿੰਡ 'ਚ ਦੇਖਿਆ ਵੀ ਤਿਫਾਕ ਦਾ ਉਹਨੂੰ ਦੇਖਿਆ ਵੀ ਇਹਨਾਂ ਦਾ ਤਿਫਾਕ ਹੈ ਵੀ ਇਹਨਾਂ ਦੇ ਘਰ ਦੇ ਵਿੱਚ ਮਾਰਦਾ ਤਾਂ ਨਹੀਂ ਇਹਨਾਂ ਨੂੰ ਤੋੜੀਏ ਉਹ ਘਰ ਬੜੀ ਜਦੋਂ ਤੇ ਗੇਟ ਤੇ ਇੱਕ ਬੜਾ ਤੇ ਬੁੜੀ ਬੈਠੇ ਸੀ ਉਹਨਾਂ ਦੇਖਿਆ ਇਹ ਤਾਂ ਬੜਾ ਬੁੜੀ ਮਰਨ ਵਾਲੇ ਆ ਨਿਆਣਿਆਂ ਨੂੰ ਦੇਖਦੇ ਨੇ ਨਿਆਣਿਆਂ ਨੇ ਹਰੀਕ ਨੂੰ ਪੁੱਛਿਆ ਬਈ ਮੈਂ ਤੁਹਾਤੇ ਬਾਰਦਾਤ ਹੋਣਾ ਉਹ ਕਹਿੰਦੇ ਵੀ ਲੈ ਜਾ ਜੋ ਕੁਛ ਲੈ ਜਾਣਾ ਜਿਹਨੂੰ ਲੈ ਜਾਣਾ ਤੂੰ ਲੈ ਜਾ ਗੱਲ ਖਤਮ ਜੇਤੇ ਬਾਰਦਾਤ ਤੁਹਾਨੂੰ ਦੁਖੀ ਤਾਂ ਸੀ ਹੈ ਗਈ ਹੈਗੇ ਆ ਪਰ ਉਹਨਾਂ ਵਿਚਾਰੇ ਨਿਆਣੇ ਸੀ ਸਿਆਣੇ ਸੀ ਇਨੀ ਅਕਲ ਬੁੱਧੀ ਨਹੀਂ ਸੀ ਲਾਸਟ ਵਿੱਚ ਉਹਨੇ ਕਿਹਾ ਚੱਲ ਬਜ਼ੁਰਗ ਨੂੰ ਮੰਨਦੇ ਬਜ਼ੁਰਗ ਨੂੰ ਪੁੱਛਿਆ ਉਹਦੀ ਬੁੱਢੀ ਨੂੰ ਪੁੱਛਿਆ ਵੀ ਭਾਈ ਮੈਂ ਤੁਹਾਡੇ ਪਰਿਵਾਰ ਤੇ ਬਾਰਦਾਤ ਹੋਣਾ ਉਹ ਕਹਿੰਦੇ ਅੱਛਾ ਉਹ ਕਹਿੰਦੇ ਕੋਈ ਨਹੀਂ ਭਾਈ ਅਸੀਂ ਸਲਾਹ ਕਰਦਦੇ ਨਿਆਣੇ ਸਾਦੇ ਇਕੱਠੇ ਕੀਤੇ ਹੁਣੀ ਦੇ ਸਾਹਮਣੇ ਨਿਆਣੇ ਨੂੰ ਕਹਿੰਦਾ ਵੀ ਉੱਠ ਕੇ ਖੜੇ ਹੋ ਜਾ ਨਿਆਣੇ ਖੜੇ ਹੋ ਗਿਆ ਹੁਣੀ ਦੇ ਸਾਹਮਣੇ ਕਹਿੰਦਾ ਵੀ ਨਿਆਣੇ ਨੂੰ ਕਹਿੰਦਾ ਬੈਠ ਜਾ ਉੱਠ ਜਾ ਬੈਠ ਜਾ ਕਹਿੰਦਾ ਕਹਿੰਦਾ ਵਾਹਿਗੁਰੂ ਵਾਹਿਗੁਰੂ ਕਰੋ ਉਹ ਇਹਦਾ ਕਰਦੇ ਕਿਉਂਕਿ ਉਹਨਾ ਤਫਾਕ ਸੀ ਹੁਣੀ ਨੂੰ ਕਹਿਣ ਲੱਗਾ ਵੀ ਸਾਡੇ ਘਰ ਦੇ ਵਿੱਚ ਜਿਹੜੀ ਮਰਜ਼ੀ ਚੀਜ਼ ਸੋਨਾ ਚਾਂਦੀ ਪੈਸਾ ਮਕਾਨ ਜੋ ਮਰਜ਼ੀ ਲੈ ਜਾ ਪਰ ਮੇਰੇ ਘਰ ਦਾ ਤਫਾਕ ਨਾ ਲੈ ਕੇ ਜਾਈ ਇਹ ਛੱਡ ਕੇ ਹੋਣੀ ਕਹਿੰਦੀ ਤਫਾਕ ਤੇ ਤਾਂ ਮੈਂ ਤੁਹਾਡੇ ਤੇ ਹੁਣ ਅਸੀ ਬਾਰਦਤ ਤੁਹਾਨੂੰ ਤਾਂ ਮੈਂ ਤੋੜਨਾ ਹੁਣ ਨਹੀਂ ਹੋ ਸਕਦੀ ਹੋਣੀ ਵੀ ਉਥੋਂ ਵਾਪਸ ਮੋੜਨ ਲੱਗੀ ਕਹਿਣ ਲੱਗੀ ਭਾਈ ਹੁਣ ਤੁਸੀਂ ਦੱਸੋ ਮੇਰੇ ਤੁਹਾਡੇ ਤੇ ਮੈਂ ਬਾਰਦਤ ਤੈਨੂੰ ਤੁਸੀਂ ਹੋਰ ਕੁਝ ਮੰਗ ਲਓ ਹੁਣ ਜੋ ਮੰਗਣਾ ਮੇਰੇ ਕੋਲ ਤੁਹਾਨੂੰ ਅੱਜ ਮੈਂ ਵੀ ਦੇ ਕੇ ਜਾਣਾ ਤੇ ਬਜ਼ੁਰਗ ਤੇ ਉਹ ਮਾਤਾ ਬੁੱਢੀ ਦੋਨੇ ਕਹਿਣ ਲੱਗੇ ਜੇ ਤੂੰ ਇੰਨੀ ਸਾਡੇ ਤੇ ਦਿਆਲ ਹੋਈਆਂ ਉਹ ਕਹਿੰਦੇ ਵੀ ਸਾਨੂੰ ਮੈਂ ਆਪਣੇ ਪੁੱਤ ਪੋਤੇ ਪਰੋਤਿਆਂ ਨੂੰ ਸੋਨੇ ਦੇ ਕੱਪਾਂ ਵਿੱਚ ਦੁੱਧ ਪੀਂਦੇ ਦੇਖਣਾ ਚਾਹੁੰਦੀ ਆ ਦੇਖੋ ਕਿੰਨਾ ਦਿਮਾਗ ਲੜਾਇਆ ਬੁੜੇ ਤੇ ਬੁੜੀ ਨੇ ਆਪਣੀ ਉਮਰ ਵੀ ਮੰਗ ਲਈ ਸੋਨਾ ਵੀ ਮੰਗ ਲਿਆ ਹਰ ਚ ਹਰੇਕ ਚੀਜ਼ ਮੰਗ ਲਈ ਪੁੱਤ ਪਰੋਤੇ ਵੀ ਮੰਗ ਲੈ ਆਪਣੀ ਉਮਰ ਵੀ ਮੰਗ ਲਈ ਦੇਖੋ ਕਿਹੜੇ ਤਰੀਕੇ ਨਾਲ ਮੰਗ ਸਭ ਕੁਝ ਮੰਗ ਮੰਗ ਲਿਆ ਉਸ ਰੱਬ ਤੋਂ ਇਸ ਤਰੀਕੇ ਨਾਲ ਮੰਗਿਆ ਕਰੋ ਦਿਮਾਗ ਲੜਾ ਕੇ ਐਮੀਨਾ ਆਪਣਾ ਮਤਲਬ ਗਲਤ ਚੀਜ਼ਾਂ ਦੇ ਵਿੱਚ ਪੈ ਕੇ ਐਵੇਂ ਕਿਸੇ ਨੂੰ ਮਾੜਾ ਭਲਾ ਕਹਿਣਾ ਬੁਰਾ ਭਲਾ ਕਹਿਣਾ ਇਹ ਗਲਤ ਹੈ ਤਰੀਕੇ ਨਾਲ ਉਸ ਰੱਬ ਤੋਂ ਮੰਗਿਆ ਕਰੋ ਤੁਹਾਨੂੰ ਸਭ ਕੁਝ ਮਿਲ ਜਾਊਗਾ ਠੀਕ ਹੈ ਜੇ ਮੇਰੇ ਵੀਡੀਓ ਚੰਗੀ ਲੱਗਦੀ ਹੋਵੇ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੁਹਾਡਾ ਧੰਨਵਾਦ ਔਰ ਮੇਰਾ YouTube ਚੈਨਲ Instagram TikTok ਚੱਲਦਾ ਸਾਰੇ ਤੇ ਲਾਈਕ ਔਰ ਫੋਲੋ ਕਰੋ ਜਰੂਰ ਦੋਸਤੋ